ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਬਹੁਤ ਵਧੀਆ ਖੁਸ਼ਖਬਰੀ ਹੈ ਤੁਹਾਡੇ ਲਈ, ਜਿਸ ਦੇ ਵਿੱਚ ਪੰਜਾਬ ਦੇ ਕੈਂਡੀਡੇਟਸ ਦੇ ਲਈ ਵੱਡੀ ਮਾਤਰਾ ਦੇ ਵਿੱਚ ਵੇਕੈਂਸੀਜ਼ ਦਾ ਨੋਟੀਫਿਕੇਸ਼ਨ ਦੇ ਲਈ ਅਪਡੇਟ ਜਿਹੜਾ ਜੀ ਉਹ ਆ ਚੁੱਕਿਆ। ਕਿਹੜੀਆਂ ਵੇਕੈਂਸੀਜ਼ ਹੋਣਗੀਆਂ ਜਿਹਦੇ ਲਈ ਤੁਸੀਂ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇਣਾ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੀ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਵੇਗਾ ਜੀ www.meetacademy.in, ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਂਦੀ ਹੈ। ਉੱਥੇ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਹੋ, ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ। ਅਤੇ ਇਹ ਵੈਕੈਂਸੀਜ਼ ਹੈਗੀਆਂ ਨੇ 43,000 ਵੈਕੈਂਸੀਜ਼ ਦੇ ਲਈ। ਅੱਜ ਅਗਰ ਅਸੀਂ ਗੱਲ ਕਰੀਏ ਇਹਨਾਂ ਦੇ ਆਪ ਦੇ ਹੀ ਇੱਕ ਆਗੂ ਨੇ ਆਪਣੇ ਜਿਹੜੀ ਆਪਣੇ ਇੰਸਟਾਗ੍ਰਾਮ ਹੈਂਡਲ ਹੈ ਉਹਦੇ ਉੱਪਰ ਇੱਕ ਜਿਹੜੀ ਹੈ ਜੀ ਪ੍ਰੋਪਰ ਡਿਟੇਲ ਪਾਈ ਹੈ ਕਿ ਸਾਰੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਹੋਣੀਆਂ ਨੇ, ਜਿਹੜੀਆਂ ਕਿ 2024 'ਚ ਕਲੋਜ਼ ਹੋਣੀਆਂ ਨੇ। ਮੈਂ ਦਿਖਾ ਵੀ ਦਿੰਦਾ ਤੁਹਾਨੂੰ ਇੱਕ ਵਾਰੀ। ਸੋ ਇਹ ਵਾਲਾ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਜੀ 43,000 ਨੌਕਰੀ ਦਾ ਵੇਰਵਾ ਜਿਹੜਾ ਹੈ ਇਹਨਾਂ ਨੇ ਆਪਣੀ ਵੈਬਸਾਈਟ 'ਤੇ ਪਾਇਆ, ਮਤਲਬ ਵੈਬਸਾਈਟ ਇਨ ਦ ਸੈਂਸ ਇੰਸਟਾਗ੍ਰਾਮ 'ਤੇ ਹੈਂਡਲ 'ਤੇ ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਉਹਨਾਂ 'ਤੇ ਪਾਇਆ। ਇਹਨਾਂ ਨੇ ਇਹ ਵੇਰਵਾ ਦਿੱਤਾ ਹੈ ਕਿ ਹੁਣ ਤੱਕ ਇਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ 43,000 ਵੈਕੈਂਸੀਜ਼ ਜਿਹੜੀਆਂ ਨੇ ਉਹ ਕੱਢੀਆਂ ਨੇ। ਸੋ ਇਸ ਦੇ ਵਿੱਚ ਕੁਛ ਇੱਕ ਡਿਪਾਰਟਮੈਂਟ ਦੇ ਅੱਗੇ ਤੁਹਾਨੂੰ ਕਾਫੀ ਅੱਛਾ ਖਾਸਾ ਅਕਾਊਂਟ ਜਿਹੜਾ ਉਹ ਦੇਖਣ ਨੂੰ ਮਿਲੇਗਾ, ਠੀਕ ਹੈ ਜੀ, ਜਿੱਦਾਂ ਕੀ ਹੈ। ਲੇਕਿਨ ਕੁਛ ਇੱਕ ਜਿੱਦਾਂ ਹੈਗੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਅਕਾਊਂਟ ਦੇਖਣ ਨੂੰ ਨਹੀਂ ਮਿਲੇਗਾ, ਜਿੱਦਾਂ ਕਿ ਇੰਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਦੇ ਵਿੱਚ 2 ਹੈ, ਠੀਕ ਹੈ ਜੀ, ਸਿਵਲ ਐਵੀਏਸ਼ਨ ਦੇ ਵਿੱਚ 4 ਹੈ, ਠੀਕ ਹੈ ਜੀ, ਇਸ ਦੇ ਵਿੱਚ ਗਵਰਨਮੈਂਟ ਆਫ ਰਿਫੋਰਮ ਐਂਡ ਪਬਲਿਕ ਗ੍ਰੀਵੈਂਸ ਦੇ ਵਿੱਚ 1 ਹੈ ਜੀ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ 0 ਹੈ, ਠੀਕ ਹੈ ਜੀ, ਨਿਊ ਐਂਡ ਰਿਨਿਊਏਬਲ ਐਨਰਜੀ ਸੋਰਸ ਦੇ ਵਿੱਚ 1 ਹੈ, NRI ਅਫੇਅਰਸ ਦੇ ਵਿੱਚ 0, ਪਲੈਨਿੰਗ ਦੇ ਵਿੱਚ 0, ਪਾਵਰ ਦੇ ਵਿੱਚ ਸਿਰਫ 7 ਨੇ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਪ੍ਰਿੰਟਿੰਗ ਐਂਡ ਸੈਨੇਟਰੀ ਦੇ ਵਿੱਚ 2, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ 0, ਠੀਕ ਹੈ ਜੀ। ਇਹ ਕੁਛ ਇੱਕ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਵੈਕੈਂਸੀਜ਼ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਵੇਰਵਾ ਦਿੱਤਾ ਹੈ ਕਿ ਇੰਨੀਆਂ ਵੈਕੈਂਸੀਜ਼ ਹਾਲੇ ਤੱਕ ਉਹ ਕਲੋਜ਼ ਕਰ ਚੁੱਕੇ ਨੇ। 42,964 ਵੈਕੈਂਸੀਜ਼ ਜਿਹੜੀਆਂ ਨੇ ਉਹ ਕਲੋਜ਼ ਨੇ ਪ੍ਰੋਪਰ ਇਹਨਾਂ ਐਜ਼ ਪਰ ਇਹਨਾਂ ਦੇ ਰਿਕਾਰਡ। ਲੇਕਿਨ ਇਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ 98,000 ਵੈਕੈਂਸੀਜ਼ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਉਹ ਕਲੋਜ਼ ਕਰਨੀਆਂ ਨੇ ਇਹਨਾਂ ਨੇ 2024 ਦੇ ਵਿੱਚ, ਠੀਕ ਹੈ ਜੀ, ਟੋਟਲ ਮਤਲਬ ਮਿਲਾ ਕੇ ਹੁਣ ਤੱਕ ਦੇ ਕਾਰਜਕਾਲ ਦੇ ਵਿੱਚ। ਤਾਂ ਅਗਰ ਆਪਾਂ ਇਹ ਵਾਲੀਆਂ 42,000 ਕੱਢ ਦਈਏ, ਮਤਲਬ ਟੋਟਲ ਅਗਰ ਮੈਂ ਕੱਢ ਦਾਂ, ਤਾਂ ਅਪਰੋਕਸ ਤੁਹਾਡੇ ਕੋਲ ਜਿਹੜੀਆਂ ਨੇ ਉਹ ਬਚ ਜਾਂਦੀਆਂ ਨੇ 46,000 ਵੈਕੈਂਸੀਜ਼ ਹੋਰ, ਠੀਕ ਹੈ ਜੀ। ਸੋ ਇਹ ਵੈਕੈਂਸੀਜ਼ 46,000 ਵੈਕੈਂਸੀਜ਼ ਜਿਹੜੀਆਂ ਨੇ ਉਹ ਅਪਕਮਿੰਗ ਨੇ, ਔਰ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਇਹ ਨਹੀਂ ਕਿ ਜਿਹਨਾਂ 'ਚ ਆ ਗਈਆਂ ਵਿੱਚ ਦੁਬਾਰਾ ਆਏਗੀ ਨਹੀਂ, ਆਉਣਗੀਆਂ, ਉਹਨਾਂ ਵਿੱਚ ਹੋਰ ਵੀ ਵੈਕੈਂਸੀਜ਼ ਆਉਣਗੀਆਂ। ਇਹ ਸਾਰੇ ਡਿਪਾਰਟਮੈਂਟਸ ਨੇ ਜਿਹਨਾਂ ਦੇ ਵਿੱਚ ਵੈਕੈਂਸੀਜ਼ ਆਉਣੀਆਂ, ਐਗਰੀਕਲਚਰ, ਐਨੀਮਲ ਹਸਬੈਂਡਰੀ, ਚੀਫ ਇਲੈਕਟੋਰਲ ਆਫਿਸਰ, ਸਿਵਲ ਐਵੀਏਸ਼ਨ ਕਾਰਪੋਰੇਸ਼ਨ, ਡਿਫੈਂਸ ਸਰਵਿਸਿਜ਼। ਸੋ ਇਹ ਸਾਰੇ ਡਿਪਾਰਟਮੈਂਟ ਨੇ ਜਿਹਨਾਂ ਦੇ ਵਿੱਚ ਇਹ ਸਾਰੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਉਣੀਆਂ ਨੇ, ਠੀਕ ਹੈ ਜੀ। ਉਹਨਾਂ ਨੇ ਇਹ ਦੱਸਿਆ ਹੈ ਵੀ ਇਹਨਾਂ ਵਿੱਚੋਂ ਆਪਾਂ ਇਹ ਵੈਕੈਂਸੀਜ਼ ਕਲੋਜ਼ ਕਰ ਚੁੱਕੇ ਹਾਂ। ਸੋ ਅਗਰ ਉਹਨਾਂ ਦੇ ਵਾਅਦੇ ਦੇ ਅਕੋਰਡਿੰਗਲੀ ਜਾਈਏ ਤਾਂ 2024 ਦੇ ਵਿੱਚ ਉਹ ਬਾਕੀ ਬਚੀ ਹੋਈ ਹੈ 46,000 ਵੈਕੈਂਸੀਜ਼ ਦੇ ਲਈ ਜਿਹੜਾ ਹੈ ਉਹ ਨੋਟੀਫਿਕੇਸ਼ਨ ਜ਼ਰੂਰ ਕੱਢਣਗੇ, ਔਰ ਉਹਦੇ ਲਈ ਇਹ ਨੋਟੀਫਿਕੇਸ਼ਨ ਸਾਨੂੰ ਜਲਦ ਹੀ ਦੇਖਣ ਨੂੰ ਮਿਲੇਗਾ। ਸੋ ਤੁਸੀਂ ਅਗਰ ਇਹਦੇ ਲਈ ਇਹਨਾਂ ਵੈਕੈਂਸੀਜ਼ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਵੈਕੈਂਸੀਜ਼ ਲੈ ਕੇ ਆਉਂਦਾ ਹੀ ਰਹਿਣਾ। ਸੋ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਤੁਹਾਨੂੰ, ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਵੈਕੈਂਸੀਜ਼ ਲੈ ਕੇ ਆਉਂਦਾ ਰਹਾਂਗਾ। ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।